ਉਲਖੀਆਂ ਸੁਖੀਆਂ ਖਾ ਕੇ ਬੰਬਲ ਸ਼ੇਰ ਨੇ ਕੁੜੀ ਆਵੇ ਤੈਨੂੰ ਮੈਂ ਇੰਨਾ ਕੁਛ ਖਾਣਾ ਤੇ ਤੂੰ ਫਿਰ ਲੋਕਾਂ ਕੋ ਮਾਰ ਖਾ ਕੇ ਤੇ ਰੋਕ ਘਰ ਆ ਜਾ ਰਾਮ ਨੇ ਅਜ਼ਰ ਨੇ ਆਖਣਾ ਲੱਸੀ ਵੇਚਣੀ ਨਾ ਤੇ ਆਖਣਾ ਅੰਮੀ ਤੇਰੀ ਹੋਰੇ ਕੀ ਕਰਦੀ ਹੈ ਪਈ ਆਖਣਾ ਮੇਰੀ ਅੰਮੀ ਜਿਹੜੀ ਨਾ ਦੁੱਧ ਲੱਸੀ ਵੇਚਦੀ ਹੈ ਪਈ ਸੁਣਦੀ ਹੈ ਪਈ ਉਹਨਾਂ ਹੱਸ ਕਿੱਦਾਂ ਬਾਜੀ ਨੇ ਕਿੱਦਾਂ ਖਾ ਲਈ ਨਿਕਲ ਆਇਆ ਤਾਂ ਮੱਖਣ ਬੜਾ ਖੁਸ਼ ਹੋ ਕੇ ਉਸਨੇ ਖਾਣਾ ਚਾਚੇ ਨੇ ਆਪ ਹੀ ਖਵਾਉਣਾ ਭਲਵਾਨ ਆ ਗਿਆ ਆਖਣਾ ਜੀਨਾ ਹਾਂਡੀ ਖਾ ਲਾ ਕੇ ਚਾਚੀ ਹਾਂਡੀ ਬੜੀ ਸੋਹਣੀ ਪਕਾਉਂਦੀ ਸੀ ਜਾਂਦੀ ਸੀ ਨਾਨੀ ਜਿਹੜੀ ਸੀ ਹਾਂਡੀ ਬੜੀ ਸੋਹਣੀ ਪਕਾਉਂਦੀ ਸੀ ਵਿੱਚ ਉਹ ਆਖਣਾ ਕਿ ਚੱਲ ਜੀਨਾ ਘਰ ਮਤਲਬ ਪੁੱਛੀ ਘਰ ਕੋਲ ਨਹੀਂ ਤੰਗ ਛੰਗ ਰਹਿੰਦੀ ਤੇ ਪਕਾਉਣਗੇ ਤੇ ਖਾਣਗੇ ਤੇ ਅਸੀਂ ਵੀ ਖਾ ਬਹਾਨੇ ਨਾ ਆਖਣਾ ਨੀ ਆਹ ਚੀਜ਼ ਲਿਆ ਕੇ ਦੇ ਸੂ ਨਿਦਾ ਕੁੜੀ ਪਕਾਏ ਇੰਨਾ ਬੜਾ ਸੋਹਣਾ ਪਕਾਉਂਦੀ ਪਹਿਲਾਂ ਕਿ ਚਾਚੀ ਖਾਂਦੀ ਬੜੀ ਸੋਹਣੀ ਪਕਾਉਂਦੀ ਫਿਰ ਇਸ ਮਾਰੇ ਕਿ ਚੱਲ ਕੁੜੀ ਆ ਗਈ ਬੱਚੇ ਵੀ ਖਾ ਪੀ ਲੈਣੇ ਵੀ ਖਾ ਪੀ ਲੈਣੇ ਜਲਦੀ ਫੋਟ ਹੋ ਗਈ ਸੀ ਇੱਦਾਂ ਹੀ ਗੱਲ ਕੇ ਨਾ ਨਵਾਂ ਪਾਇਆ ਤੇ ਤਬੀਅਤ ਨੀ ਹਜੇ ਕੁਛ ਨੀ ਜੇ ਪਤਾ ਹੁਣ ਕੱਪੜਿਆਂ ਦਾ ਬੜਾ ਪਤਾ ਦਾਦੀ ਨੇ ਲੈ ਕੇ ਦਿੱਤਾ ਤੇ ਉਹ ਉਹਨੂੰ ਨਵਾਂ ਪਵਾ ਦਿੰਦੀ ਨਾ ਉਹਨਾਂ ਨੂੰ ਬਾਜੀ ਦੇ ਹਿੱਸੇ ਦੇ ਜਾ ਕੇ ਸੂਟ ਪਵਾਉਣ ਗਈ ਦਾਦੀ ਦਾਦਾ ਦਾਦਾ ਪੈਂਟਾਂ ਛੋਟੇ ਸਹੀ ਛੋਟੇ ਸਹੀ ਕਰ ਕੁਛ ਨਹੀਂ ਸੇ ਪਿਓਰ ਪੇਂਡੋ ਪੇ ਲੱਗ ਬਾਕੀ ਮਾਰੀ ਕਾਲ ਵੀ ਦੀ ਮਾਰੀ ਰਾਤ ਕੋ ਵੀਡੀਓ ਬਣਾ ਕੇ ਚੋਰ ਵੀ ਦੀ ਮੇਰੀ ਐਸੀ ਚੋਰੀ ਹੋ ਮਤਲਬ ਉਹ ਜੋ ਫਰੰਟ ਪਿੱਛੇ ਦਾ ਨਾ ਉਹ ਨਹੀਂ ਓਕੇ ਜੁਆਂ ਹੀ ਆਇਆ ਕਿ ਬਸ ਕਮਾਲ ਮੈਰਿਜ ਨੀ ਜੂਆ ਕਿੰਨੇ ਕੱਢਣੀਆਂ ਪਰ ਇੱਕ ਜੂ ਮਾਰਦੀ ਨਾਲ ਥੂ ਅੰਮਾ ਆਖਰਾ ਮੈਂ ਨੀ ਸਿਰ ਵਿਖਾਣਾ ਇਹ ਤਾਂ ਅਗਲੇ ਦਾ ਵੀ ਦਿਲ ਖਰਾਬ ਕਰ ਛੱਡ
ਆਪਣੀ ਆਦਤ ਹੁੰਦੀ ਹੈ ਹੁਣ ਮੈਂ ਬਾਲਾਂ ਦੇ ਵੇਖਿਆ ਕਿ ਨਾ ਕਦੀ ਕੰਘੀ ਤੇ ਮਾਰ ਕੇ ਨਾਲ ਥੋ ਉਹਦੀ ਆਦਤ ਸੀ ਬੜੇ ਚਾਅ ਨਾਲ ਬਾਲਾਂ ਦੀਆਂ ਜੂਆਂ ਕੱਢੇਗੀ ਕੀੜੇ ਤੇ ਲਮਕਦੇ ਕੰਘੀ ਫੇਰ ਫੇਰ ਮਜ਼ਾ ਵੀ ਨਹੀਂ ਤੂੰ ਸਹੀ ਹੁੰਦਾ ਮਾਰੇਗੀ ਤੇ ਥੋ ਕੁੜੀਆਂ ਉਹਨਾਂ ਦੀਆਂ ਬੜਾ ਸੋਹਣਾ ਹੁੰਦੀ ਹੈ ਸਾਰੀਆਂ ਸਿਰਫ ਜ਼ਹਿਰਾ ਹੀ ਸਹੀ ਨਹੀਂ ਬਾਜੀ ਸਨਾ ਵੀ ਬੜਾ ਸੋਹਣਾ ਮਿਲਦੀ ਜੀ ਝਾਸੀ ਸਾਡੇ ਘਰ ਵਾਲਾ ਸਿਰ ਵੇਖ ਕੇ ਨਾ ਇਹ ਵੀ ਇੱਕ ਚੱਸ ਹੁੰਦਾ ਦਿਮਾਗ ਕਈ ਲੋਕ ਨਫ਼ਰਤ ਕਰਦੇ ਕਈ ਲੋਕ ਨਾਲ ਸਵਾਬ ਖੱਟਦੇ ਨੇ ਨਾਲੇ ਜੂਆਂ ਖੜਦੇ ਇੰਨਾ ਸਹ ਸਵਾਬ ਹੈ ਸਿਰ ਵੇਖਣਾ ਕਿਸੇ ਨੂੰ ਮੋਇਜ਼ ਅਹਿਮਦ ਮੈਂ ਪ੍ਰੋਮਿਸ ਕੀਆ ਨਾ ਦਾਬੂ ਸੇ ਕਿ ਮੋਇਜ਼ ਨਹੀਂ ਚੜਾਏਗਾ ਗੁੱਡੀ ਤੂੰ ਫਿਰ ਚੜਾਉਣਾ ਨਾ ਪਿਆ ਚੱਲ ਤੂੰ ਮਾਂ ਦੇ ਨਾਲ ਮੈਂ ਨਹੀਂ ਰੱਖਣਾ ਤੈਨੂੰ ਚੱਲ ਚੱਲ ਮੁਕੱਦਸ ਥੈਂਕ ਯੂ ਅਬ ਘਰ ਜਾ ਰਹੀ ਹੋ ਅਬ ਮੁਝੇ ਬੜੀ ਜੂਏ ਨਜ਼ਰ ਆ ਰਹੀ ਹੈ ਐਨਕ ਕੀ ਵਜ੍ਹਾ ਸੇ ਬਾਜੀ ਨੇ ਤਾਂ ਕਿਤੇ ਪਿੱਦੇ ਨਹੀਂ ਗੱਲ ਦੋ ਧੱਖਾਂ ਵੀ ਕੱਢੀਆਂ ਨੇ ਲੀਖਾਂ ਵੀ ਕੱਢੀਆਂ ਪੱਕੀਆਂ ਲੀਖਾਂ ਕੜਾਵਾਂ ਕੜਾਵਾਂ ਮਾਰਨ ਰਹੀ ਹੈ ਕੜਾਵਾਂ ਕੜਾਵਾਂ ਠਾਠ ਹਾਂ ये वाला सफ़र आपका यादगार होगा मैं गई थी मेरे सर में जुएँ थी और निकाली थी मामी ने भी सब ने मेरे सर पे हाथ साफ किया कहीं थे जो एक वाल दे नाल दो दो ने ਇਹਨਾਂ ਦਾ ਉੱਤੇ ਕਮਰਾ ਦੋ ਕਮਰੇ ਨੇ ਛੱਤ ਨਹੀਂ ਪਏ ਇਹਨਾਂ ਦੇ ਨਹੀਂ ਸੋਨਾ ਦੇ ਉਹਦੇ ਨਾ ਮਿਲਣ ਉਤਨੇ ਇਹਨਾਂ ਦਾ ਥੱਲੇ ਵਾਲਾ ਹਿੱਸਾ ਨਾ ਸਾਨੇ ਨੇ ਕਮਰੇ ਬਣਾਏ ਤਾਂ ਫਿਰ ਨਹੀਂ ਦੋ ਦੀ ਹੋਰ ਇਕੱਠੇ ਰਹਿੰਦੇ ਜੀ ਹਾਂ ਉੱਪਰ ਨੀਚੇ ਨੀਚੇ ਹੀ ਰਹਿ ਰਹੇ ਨੇ ਉਹਨੇ ਉੱਪਰ ਬਣਾਇਆ ਸੀ ਨਾ ਕਿ ਚੱਲ ਅਸੀਂ ਉੱਤੇ ਹੋ ਜਾਂਦੇ ਉਹ ਵੀ ਹੈ ਆਹੋ ਉਹਦੇ ਦੋ ਬੱਚੇ ਨੇ ਦੋ ਮੁੰਡੇ ਸੋਕੋ ਨਾਨੀ ਪਤਲੀ ਸਾਰੀ ਛੋਟੀ ਸਾਰੀ ਉਮਰ ਦੀ ਮੈਨੂੰ ਲੱਗਦੀ ਹੈ ਛੋਟੀ ਨਹੀਂ ਹੈ Thank you.
ਜਦੋਂ ਮੈਨੂੰ ਸਾਫ ਕੀ ਹੈ ਫਿਰ ਮੈਂ ਸਾਰੇ ਦੁਆਰਾ ਦੂਜੀ ਕਹਿੰਦੀ ਆਂਦੀ ਸੀ ਕਿ ਜੁਆ ਆ ਵੀ ਬਦਲਦੀਆਂ ਨਹੀਂ ਨਾ ਜਗ੍ਹਾ ਆਪਣੀ ਮਤਲਬ ਤੁਰਦੀਆਂ ਜੁ ਨੇ ਲਿਖਾਂ ਤਾਂ ਨਹੀਂ ਨਾ ਟੁਰਦੀਆਂ ਲਿਖਾਂ ਮੇਰੇ ਹੱਥ ਉਹ ਨਾ ਉੱਡ ਕੇ ਫਿਰ ਜਾਵੇ ਨਹੀਂ ਨਹੀਂ ਉੱਡ ਕੇ ਨਹੀਂ ਮੈਂ ਤੁਹਾਨੂੰ ਅੱਗੇ ਦੱਸਿਆ ਪਿਆ ਸੀ ਕਿ ਜੁਆ ਜਿਹੜੀ ਹੁੰਦੀ ਨਾ ਸੋਣ ਵਾਲੀ ਉਹ ਜੁਆ ਲਿਖਾਂ ਪੈਦਾ ਕਰਦੀ ਹੈ ਨਾ ਜਿੱਦਾਂ ਜਿੱਦਾਂ ਟੁਰਦੀ ਹੁੰਦੀ ਉੱਧਰ ਦੁੱਧ ਪੈਦਾ ਕਰਦੀ ਕਹਿੰਦੀ ਇਹ ਕੰਮ ਆਪਣੇ ਹਾਰਨਾਂ ਦੇ ਨਾਲ ਹਾਂ ਕਿ ਮੈਂ ਪਿੱਛੇ ਆਪਣੀ ਨਸਲ ਛੱਡਦੀ ਪਾਪੀ ਮਾਰ ਚਾ ਇਹ ਤਾਂ ਬਾਤ ਨਹੀਂ ਆਉਂਦੀਆਂ ਜਾਂ ਉਹ ਸਰਸੋਂ ਦੇ ਤੇਲ ਮੇ ਨਾ ਕਾਲੀ ਮਿਰਚਾਂ ਨਹੀਂ ਉਹ ਡਾਲ ਕੇ ਰੱਖ ਦੋ ਸਿਕਰੀ ਵੀ ਬੜੀ ਜ਼ਿਆਦਾ ਸੁਣੋ ਸਿਕਰੀ ਤਾਂ ਵੀ ਹੋਇਆ ਦੇਖ ਸਾਫ਼ ਨਹੀਂ ਸੁਣੋ ਵਾਸ਼ ਨਹੀਂ ਸੁ ਕੀਤੇ ਵਾਲ ਉਹਦੇ ਤੋਂ ਵੀ ਗੁੱਡੀ ਚੜਾ ਰਹੇ ਨੀਚੇ ਆ ਜਾ ਗੁੱਡੀ ਧਾਗਿਆਂ ਨਾਲ ਚੜਾਉਂਦੇ ਨੇ ਉਹ ਕਦੀ ਡੋਣੇ ਅੱਛਾ ਉਹ ਤਾਂ ਵੱਡਾ ਬੰਦਾ ਚਾਹੇ ਦੋ ਛੋਰ ਨਾ ਦੋ ਦਾ ਖਤਰਨਾਕ ਹੁੰਦੇ ਨੇ ਇਹ ਨਲਕੀਆਂ ਲੈ ਕੇ ਮਾਂ ਪਿਓ ਦੀਆਂ ਖੜਦੇ ਨਹੀਂ ਨਲਕੀਆਂ ਲੱਗਦਾ ਮੋਈ ਦੇ ਫਿਰ ਲੱਗ ਪਈ ਨਲਕੀ ਉੱਤੇ ਛੱਡ ਕੇ ਗਈ ਸਨ ਆਪਾਂ ਅੰਦਰ ਧਾਰ ਮਸ਼ੀਨ ਡਾਕਟਰ ਨੇ ਸਾਫ਼ ਕਹਿ ਤਾ ਸੀ ਬੀਬੀ ਧਾਗਾ ਹੁਣ ਬੱਚਿਆਂ ਤੋਂ ਪਵਾਉਣਾ ਨੇ ਉਹਨੇ ਜਿਹੜੀ ਹੁੰਦੀ ਹੈ ਪਿੱਛੇ ਬਣਾਈ ਸਕੂਨ ਆਇਆ ਹਾਂ ਇਹ ਸਕੂਨ ਹੀ ਸਕੂਨ ਹੈ ਜਿਹਦੀਆਂ ਜੂਆਂ ਨਿਕਲਣ ਤਾਂ ਸਕੂਨ ਬੜਾ ਹੁੰਦਾ ਪੇਂ ਤਾਂ ਹੁੰਦੀਆਂ ਨੇ ਆਹੋ ਕਈ ਜੂਆਂ ਮਿਰਣ ਹੀ ਕੁਛ ਉੱਕ ਡਾਂਦੇ ਉਹਨਾਂ ਦੇ ਜਵਾਬ ਵੀ ਨੇ ਗੁਣੇ ਹਾਂ ਮੀ ਸਮਾਂ ਤੇ ਤਬਾ ਕਢਾ ਰਹੀ ਹੈ ਮਾਂ ਵੇਖ ਲੈਂਦੀ ਨੇ ਹੋਰ ਤੇ ਉਹ ਜਿਹੜੀ ਹੈ ਨਾ ਉਹ ਤਾਂ ਜਦੋਂ ਬਹੁਤੀਆਂ ਹੋ ਗਈਆਂ ਸੁਣ ਫਿਰ ਕਿਰਨ ਲੱਗ ਪੈਣ ਫਿਰ ਰੱਖਦੀ ਮਾਮਾ ਆਪਣੇ ਮਕਾਨ ਦੇ
ਵਾਵੇ ਤੱਕ ਮਾਰੀ ਹਾਂ ਅੰਦਾਜ਼ੇ ਨਾਲ ਮੈਂ ਖਿੱਚੀ ਆ ਵੀ ਸਮਝ ਕੇ ਮੈਨੂੰ ਲੱਗਿਆ ਕਿ ਤੱਕ चेंज करवाए हैं अभी कपड़े थोड़ी देर पहले ਪੱਕੀ ਲੀਵ ਲੱਭੀ ਆ ਤਰੂੰ ਬਣਵਾ ਲਈ ਰੋਜ਼ੀਏ ਦੇ ਬਗੈਰ ਨਾਪ ਤੋਂ ਸੂਟ ਸੀਤੇ ਹਨ ਇਹਨੂੰ ਮੇਰੇ ਕੱਪੜੇ ਸੀਤੇ ਪਸੰਦ ਆਏ ਨੇ ਕਿ ਨਹੀਂ ਆਏ ਕਿਉਂ ਨਾਪ ਨਹੀਂ ਦਿੱਤੇ ਨਹੀਂ ਅੰਦਾਜ਼ਾ ਨਹੀਂ ਦੇ ਗਈ ਸੀ ਉਸ ਮਾਂ ਦਾ ਨਾਮ ਮੇਰਾ ਇੱਕੋ ਹੀ ਮੇਰਾ ਮੇਕਅਪ ਕੀ ਆਪ ਨਜ਼ਰ ਆ ਰਹਾ ਹੈ ਹਾਂ ਕਿਹੜੀ ਲੱਗ ਰਹੀ ਮੈਂ ਬੜੀ ਮਾਸ਼ਾ ਅੱਲਾ ਠੀਕ ਹੈ ਆਪਨੇ ਤਾਂ ਇਸਕੋ ਤਿਆਰ ਕਰਨਾ ਥਾ ਕਿਸਕੋ ਇਹ ਕਹਿ ਰਹੀ ਮੈਂ ਇਹ ਕਿਉਂ ਕਰਨਾ ਥਾ ਇਹ ਕਹਿ ਰਹੀ ਸੀ ਮੈਂ ਇਹ ਤਿਆਰ ਕਰਨੀ ਕਿਸਕੋ ਮੁਝੇ ਤਿਆਰ ਕਰਨਾ ਹਾਂ ਕਹਿ ਤਾਂ ਰਹੀ ਥੀ ਜਰਾਬੇ ਮੋਟੀ ਪਾ ਡਾਲੀ ਹੈ ਹਾਂ ਹਾਂ ਆਪਕੀ ਵਾਲੀ ਇਹ ਮੇਰੀ ਜਰਾਬੇ ਗੁੰਮ ਨਾ ਕਰਨਾ ਜੀ ਮੇਰੀ ਭਾਬੀ ਨੇ ਮੁਝੇ ਲੈ ਕੇ ਦੇਣੀ दो दिन लंघ जाती ਲੇਕਿਨ ਬਾਜੀ ਅੱਛੀਆਂ ਸਕਿਨ ਲੱਗਦੀਆਂ ਨੇ ਨਹੀਂ ਸਕਿਨ ਤੇ ਅੱਛੀਆਂ ਲੱਗਦੀਆਂ ਨੇ ਪਰ ਇਹ ਨਾ ਹੁਣ ਮੇਰਾ ਜੇ ਮਾੜਾ ਬੰਦਾ ਜਿਹੜਾ ਉਹਨੇ ਬਾਰ-ਬਾਰ ਵਜ਼ੂ ਕਰਨਾ ਤੇ ਪੈਰ ਠਰਨੇ ਉਹ ਲੱਗਦੀਆਂ ਵੀ ਤਾਂ ਹੀ ਬਹੁਤੀਆਂ ਲੱਗਦੀਆਂ ਨੇ ਕਿਉਂਕਿ ਬਾਰ-ਬਾਰ ਗਿੱਲੇ ਪਲਾਣੀਆਂ ਪਾਣੀਆਂ ਨਾ ਸਹੀ ਗੰਦੀ ਹੋ ਜਾਂਦੀਆਂ ਨੇ ਹੋਰ ਸਕਿਨ ਔਰਤਾਂ ਸਕਿਨ ਪਾਉਂਦੇ ਸੋਹਣੀਆਂ ਲੱਗਦੀਆਂ ਆ ਜੀਆਂ ਜ਼ਿਆਦਾ ਤਾਂ ਨਾ ਨੀਲੀਆਂ ਤੇ ਕਾਲੀਆਂ ਮੈਂ ਅੱਜ ਪਾਉਂਦੀ ਆ ਨਹੀਂ ਮੈਂ ਨੀਲੀਆਂ ਤਾਂ ਨਹੀਂ ਪਾਉਂਦੀ ਪਰ ਉਹਨਾਂ ਨੂੰ ਕਦੀ ਨਹੀਂ ਡਿੱਗੀਆਂ ਨਾ ਮੈਂ ਤਰ੍ਹਾਂ ਕੋਸ਼ਿਸ਼ ਮੇਲਾ ਕਾਲੀਆਂ ਲੱਗਦੀਆਂ ਤੇਰੀ ਜੁੱਤੀ ਤੇ ਤੇਰੀ ਕਾਪਸ਼ ਮੈਚਿੰਗ ਹੋ ਗਈ ਸਰ ਫਿਰ ਉਹ ਲੋ ਠੰਡ ਨਾ ਲੱਗੇ ਨਾ ਇਹ ਵਾਵ ਗੰਡਈ ਪੁੱਤਰ ਮੈਂ ਤੇਰੇ ਪੁੱਠੇ ਵਾਲ ਵੀ ਕੀਤੇ ਨਾ ਪੁੱਠੇ ਵਾਲਾਂ ਚ ਲੱਗਦੀ ਮੈਨੂੰ ਪੁੱਠਿਆਂ ਚ ਲੱਭੀਆਂ ਲੀਕਾਂ ਪੱਕੀਆਂ ਅੱਗੋਂ ਵੇਖਿਆ ਤੁਸੀਂ ਵੇਖ ਜ਼ਰਾ ਮੈਨੂੰ ਨਹੀਂ ਲਾਲ ਵਾਲ ਨਹੀਂ ਅੱਗੋਂ ਕੀਤੇ ਲਾਲ ਵਾਲ ਕਦੀ ਕਿਸੇ ਜ਼ਮਾਨੇ 'ਚ ਉਹਨਾਂ ਦੇ ਹੁੰਦੇ ਬੁੱਢਿਆਂ ਬੁੱਢਿਆਂ ਹੁੰਦੇ ਫੈਸ਼ਨ ਹੈ ਲਾਲ ਮੈਰੂਨ ਗ੍ਰੇ ਪਰਪਲ ਪਰਪਲ ਮੇਰੀ ਸੋਹਣੀ ਧੀ ਉੱਤੇ ਚੱਦਰ ਲੈ ਲੈ ਸਿਰ 'ਤੇ ਲੈ ਲੈ ਕਾ ਉਹ ਹੀ ਪਾ ਲੈ ਕਰ ਲੈ ਉੱਤੇ
ਤੁਸੀਂ ਪਰਲੇ ਪਾਸੇ ਵੇਖ ਲਓ ਨਾ ਮੈਂ ਹਾਂ ਤੁਸੀਂ ਮੈਂ ਵੇਖ ਲਾ ਹਾਂ ਚੱਲ ਤੁਸੀਂ ਵੇਖ ਲਓ ਮੈਂ ਉੱਠ ਜਾਂਦੀ ਹਾਂ ਛੁੱਟੀ ਦੇ ਰਹੀ ਹਾਂ।